ਯੂਟਿਊਬਰਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 10th PSCB ਦੀ ਇੰਗਲਿਸ਼ ਗ੍ਰਾਮਰ ਦੀ ਬਿਜ਼ਨਸ ਲੈਟਰਸ ਦੀ ਸੈਂਪਲ 6 ਲੈਟਰ ਸੋ ਸਟਾਰਟ ਕਰਦੇ ਹਾਂ ਲੈਟਰ ਹੈ ਇਮੇਜਿਨ ਯੂ ਆਰ ਰਾਹੁਲ ਯੂ ਲਿਵ ਐਟ ਮੁਕਤਸਰ ਯੂ ਲਿਵ ਇਨ ਗਾਂਧੀ ਨਗਰ ਯੋਰ ਹਾਊਸ ਨੰਬਰ ਇਜ਼ 765 ਯੂ ਵਾਂਟ ਟੂ ਬਾਏ ਸਮ ਬੁੱਕਸ ਰਾਈਟ ਅ ਲੈਟਰ to the manager एलियोल बुक डिपो लुधियाना ऑर्डरिंग बुक्स ऑफ योर चॉइस केंदे इमेजिन ਕਰੋ ਕਿ ਤੁਸੀਂ ਰਾਹੁਲ ਹੋ ਤੇ ਤੁਸੀਂ ਮੁਕਸਰ ਦੇ ਵਿੱਚ ਰਹਿੰਦੇ ਹੋ ਗਾਂਧੀ ਨਗਰ ਦੇ ਵਿੱਚ ਰਹਿੰਦੇ ਹੋ ਤੇ ਥੋੜਾ ਜਿਹਾ ਹਾਊਸ ਨੰਬਰ ਹੈ ਉਹ 765 ਹੈ ਤੁਸੀਂ ਕੁਝ ਬੁక్స్ ਖਰੀਦਣਾ ਚਾਹੁੰਦੇ ਹੋ ਤੁਸੀਂ ਮੈਨੇਜਰ ਨੂੰ ਲੈਟਰ ਲਿਖੋ एलियोल बुक ਡਿਪੋਟ ਲੁਧਿਆਣਾ ਦੇ ਆਪਣੇ ਚੋਇਸ ਦੇ ਬੁక్స్ ਨੂੰ ਆਰਡਰ ਕਰਨ ਦੇ ਲਈ ਸੋ ਤੁਸੀਂ ਕਿਸ ਤਰ੍ਹਾਂ ਲੈਟਰ ਲਿਖਣਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਸਭ ਤੋਂ ਪਹਿਲਾਂ ਤੁਸੀਂ ਆਪਣਾ ਐਡਰੈਸ ਲਿਖਣਾ ਹੈ ਐਡਰੈਸ ਕਿਸ ਤਰ੍ਹਾਂ ਲਿਖਣਾ ਹੈ ਉਹ ਵੀ ਮੈਂ ਦੱਸ ਦਿੰਦੀ ਆ ਐਡਰੈਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣਾ ਹਾਊਸ ਨੰਬਰ ਲਿਖਦੇ ਹੋ ਸਭ ਤੋਂ ਪਹਿਲਾਂ ਹਾਊਸ ਨੰਬਰ ਲਿਖਿਆ ਜਾਂਦਾ ਹੈ ਜੋ ਕਿ ਸਾਨੂੰ 765 기ਵਨ ਹੈ ਸੋ ਅਸੀਂ ਲਿਖਾਂਗੇ ਇਸੇ 765 ਥੈਨ ਲਿਖਿਆ ਜਾਂਦਾ ਹੈ ਮੋਹੱਲਾ ਜਾਂ ਗਲੀ ਜਿੱਥੇ ਜਿਹੜਾ ਲੈਟਰ ਲਿਖ ਰਿਹਾ ਉਹ ਕਿੱਥੇ ਰਹਿੰਦਾ ਸੋ ਅਸੀਂ ਲਿਖਾਂਗੇ ਗਾਂਦੀ ਨਗਰ ਸਾਨੂੰ ਕੁਐਸਚਨ ਦੇ ਵਿੱਚ ਇਹੀ 기ਵਨ ਹੈ ਤੇ ਨੈਕਸਟ ਆਏਗਾ ਸਿਟੀ ਜੋ ਕਿ ਮੁਕਤਸਰ ਉਸ ਤwarase ਲਿਖ ਦਿਆਂ ਡੇਟ ਡੇਟ ਤੁਸੀਂ ਐਗਜ਼ਾਮ ਦੇ ਦਿਨ ਵੀ ਲਿਖ ਸਕਦੇ ਹੋ ਜਾਂ ਕੋਈ ਵੀ ਡੇਟ ਲਿਖ ਸਕਦੇ ਹੋ ਨੈਕਸਟ ਹੈ ਉਸ ਤwarase ਲਿਖਦੇ ਜੀਨੂੰ ਲੈਟਰ ਲਿਖ ਰਿਹਾ ਸੋ ਅਸੀਂ ਕਿਨੂੰ ਲੈਟਰ ਲਿਖ ਰਿਹਾ ਮੈਨੇਜਰ ਨੂੰ ਕਿਸ ਜਗ੍ਹਾ ਦੇ ਮੈਨੇਜਰ ਨੂੰ ਲੈਟਰ ਲਿਖ ਰਿਹਾ ਐਲਯੋਲ ਬੁੱਕ ਡਿਪਾਰਟ ਜੋ ਕਿਥੋਂ ਦੇ ਨੇ ਲੁਧਿਆਣਾ ਦੇ ਨੇ ਸੋ ਅਸੀਂ ਹੁਣ ਇੱਥੇ ਮੇਨ ਲੈਟਰ ਸਟਾਰਟ ਕਰਾਂਗੇ ਡੀਅਰ ਸਰ ਹੁਣ ਸਾਡੇ ਲੈਟਰ ਦੀ ਜਿਹੜੀ ਬੋਡੀ ਆ ਸਟਾਰਟ ਹੁੰਦੀ ਹੈ ਕਾਈਂਡਲੀ ਡਿਸਪੈਚ ਦਿ ਫੋਲੋਇੰਗ ਬੁੱਕਸ ਪਰ ਵੀਪੀਪੀ ਐਟ ਯੂਅਰ ਅਰਲੀਸਟ ਕਨਵੀਨੀਅੰਸ ਸਿਰਫ ਤੁਸੀਂ ਇੱਕ ਇਹ ਲਾਈਨ ਯਾਦ ਕਰਨੀ ਹੈ ਉਸ ਤੋਂ ਬਾਅਦ ਤਾਂ ਬੁੱਕਸ ਦੇ ਨੇਮ ਤੇ ਥੈਂਕਿੰਗ ਯੂ ਹੀ ਹੈ ਠੀਕ ਹੈ ਤੁਸੀਂ ਮੇਨ ਇੱਕ ਆ ਲਾਈਨ ਯਾਦ ਕਰ ਲਓ ਕਾਈਂਡਲੀ ਡਿਸਪੈਚ ਦ ਫੋਲੋਇੰਗ ਬੁੱਕਸ ਪਰ ਵੀਪੀਪੀ ਐਟ ਯੂਅਰ ਅਰਲੀਸਟ ਕਨਵੀਨੀਅੰਸ ਦਾ मीनिंग ਕੀ ਹੈ ਕਿ ਕਾਈਂਡਲੀ ਜਿਹੜੇ ਨੀਚੇ ਬੁੱਕਸ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਡਿਸਪੈਚ ਕਰ ਦਿਓ ਪਰ ਪਰ ਵੀਪੀਪੀ ਤੇ ਐਟ ਯੂਅਰ ਅਰਲੀਸਟ ਕਨਵੀਨੀਅੰਸ ਐਨੀ ਜਿੰਨੀ ਜਲਦੀ ਤੁਸੀਂ ਕਰ ਸਕਦੇ ਹੋ ਠੀਕ ਹੈ ਸੋਨੇ ਅਸੀਂ ਅੱਗੇ ਚੱਲਦੇ ਹਾਂ ਅੱਗੇ ਅਸੀਂ ਬੁੱਕਸ ਦੇ ਨੇਮ ਮੈਂਸ਼ਨ ਕਰਨੇ ਨੇ ਜਿਹੜੀ ਬੁੱਕਸ ਅਸੀਂ ਆਰਡਰ ਕਰਨਾ ਚਾਹੁੰਦੇ ਆ ਸਾਨੂੰ ਬੁੱਕ ਦੇ ਵਿੱਚ ਸੈਂਪਲ ਦੇ ਵਿੱਚ ਚਾਰ ਬੁੱਕਸ ਮੈਂਸ਼ਨਡ ਹੈ ਹਿਸਟਰੀ ਆਫ ਇੰਡੀਆ ਜਿਹਦੇ ਆਥਰ ਹੈ ਰਾਮੀਲਾ ਥਾਪਰ ਜਿੱਦੀ ਕਾਪੀਸ ਕਿੰਨੀ ਚਾਹੀਦੀ ਹੈ ਸਾਨੂੰ 2 ਕਾਪੀਸ ਸੈਕਿੰਡ ਹੈ ਮਾਈ ਗਰਲੂਡ ਤਸਲੀਮਾ ਨਸਰੀਨ 2 ਕਾਪੀਸ ਉਸ ਤੋਂ ਬਾਅਦ ਹੈ ਵਰਡ ਪਾਵਰ ਜਿਹਦੇ ਆਥਰ ਹੈ ਨੀਲ ਵੈਨਬੋਰਨ 2 ਕਾਪੀਸ ਫੋਰਥ ਹੈ ਕੋਲਿੰਸ ਕੋਬਿਲਡ ਇੰਗਲਿਸ਼ ਡਿਕਸ਼ਨਰੀ 3 ਕਾਪੀਜ਼ ਉਸ ਤੋਂ ਤੁਸੀਂ ਲਾਸਟ ਦੇ ਵਿੱਚ ਥੈਂਕਿੰਗ ਯੂ ਕਰਕੇ ਤੁਸੀਂ ਲਿਖ ਦੋਗੇ ਯੂਅਰਸ ਫੇਥਫੁਲੀ ਉਸ ਤੋਂ ਬਾਅਦ ਜੋ ਵੀ ਲੈਟਰ ਚ ਤੁਹਾਨੂੰ ਨੇਮ ਗਿਵਨ ਹੈ ਯਾਨੀ ਕਿ ਆਪਣਾ ਨੇਮ ਜੋ ਤੁਹਾਨੂੰ ਦਿੱਤਾ ਹੋਇਆ ਕਿ ਤੁਹਾਡਾ ਨੇਮ ਜੋ ਹੈ ਤੁਸੀਂ ਉਹ ਲਿਖ ਦੋਗੇ ਲਾਈਕ ਇਸ ਲੈਟਰ ਦੇ ਵਿੱਚ ਸਾਨੂੰ ਰਾਹੁਲ ਗਿਵਨ ਸੀਗਾ ਸੀ ਰਾਹੁਲ ਲਿਖਤਾ ਇਸ ਤਰ੍ਹਾਂ ਬਿਜ਼ਨਸ ਲੈਟਰਸ ਕਾਫੀ ਈਜ਼ੀ ਹੁੰਦੀਆਂ ਨੇ ਇੱਕੋ ਹੀ ਲਾਈਨ ਜਿਹਦੇ ਕੋ ਯਾਦ ਕਰਨ ਵਾਲੀ ਤੇ ਬੁੱਕਸ ਦੇ ਨੇਮ ਹੈ ਤੇ ਆਥਰ ਹੈ ਤੁਸੀਂ ਇਦਾਂ ਕਰ ਸਕਦੇ ਹੋ ਮੈਂ ਤੁਹਾਨੂੰ ਫਾਰਮੈਟ ਪਤਾਉਣਾ ਚਾਹੁੰਦਾ ਜੋ ਮੈਂ ਤੁਹਾਨੂੰ ਸਮਝਾਤਾ ਸਭ ਤੋਂ ਪਹਿਲਾਂ ਆਪਣਾ ਐਡਰੈਸ ਕਿਸ ਤਰ੍ਹਾਂ ਲਿਖਣਾ ਉਹ ਵੀ ਦੱਸਤਾ ਉਸ ਤੋਂ ਬਾਅਦ ਡੇਟ ਥੈਨ ਜਿਹਨੂੰ ਲਿਖ ਰਹੇ ਉਹਨਾਂ ਦਾ ਐਡਰੈਸ ਥੈਨ ਡੀਅਰ ਸਰ অর ਮੈਮ ਪਾ ਕੇ ਉਸ ਤੋਂ ਬਾਅਦ ਆਪਣੀ ਬਾਡੀ ਉਸ ਤੋਂ ਬਾਅਦ ਥੈਂਕਿੰਗ ਯੂ ਯੂਅਰ ਫੇਥਫੁਲੀ ਥੈਨ ਆਪਣਾ ਨੇਮ ਇਹ ਫਾਰਮੈਟ ਹੈ ਸੋ ਐਸੇ ਜਿਹੀ ਸਾਡੀ ਵੀਡੀਓ ਖਤਮ ਹੁੰਦੀ ਹੈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਦ ਵੀਡੀਓ